ਲੈ ਤੋ ਮਿਹਰਬਾਨੋ ਦੇਵੀ ਰਾਣੀ ਸੋਨਾ ਸਿੰਘ ਕੀ ਫਰਿਆਦ ਕੀ ਕਥਾ ਮੈਂ ਆਪ ਚਾਹੁੰਦਾ ਕਿ ਵਿੱਚ ਮੈਂ ਸ਼ੁਰੂ ਕਰਨ ਲੱਗਿਆ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਬਹੁਤ ਸਾਰਾ ਸਾਥ ਇਸ ਕੈਸਕੇ ਵਿੱਚ ਮੰਦੀਆ ਜੈ ਜੈਕਾਰਾ ਬੈਰ ਮਾਜਰੇ ਗੱਦੀ ਕਾ ਸੁਖੀ ਸੁਖਦਰਸ਼ਨ ਸਿੰਘ ਬਾਬਾ ਜੀ ਔਰ ਇਹ ਹਮਾਰੇ ਬਾਬਾ ਜੀ ਜੈ ਜੈਕਾਰਾ ਹਸਨਪੁਰ ਗੱਦੀ ਕਾ ਮਹਾਰਸ਼ੀ ਬਾਬਾ ਜੀ ਬਨਾਰਸੀ ਦਾਸ ਹਸਨਪੁਰੀ ਵਾਲੇ ਔਰ ਜੈ ਜੈਕਾਰਾ ਮਾਂ ਦੇਵ ਗੱਦੀ ਚਰਮਣੀ ਸਥਾਨ ਰਾਮ ਸਿੰਘ ਬਾਬਾ ਜੀ ਔਰ ਪੀਰ ਬਾਬਾ ਜੀ ਕੇ ਪਿਆਰੇ ਭਗਜਨ ਲਾਭ ਸਿੰਘ ਬਾਬਾ ਜੀ ਔਰ ਕਹਿ ਲਿਓ ਸੇ ਮੇਰੇ ਵੀਰ ਬਾਈ ਬਚਿੱਤਰ ਸਿੰਘ ਜੀ ਔਰ ਬਟਾਲੀ ਗੱਦੀ ਸੇ ਰਣਧੀਰ ਸਿੰਘ ਚੌਧਰੀ ਜੈ ਜੈਕਾਰਾ ਚੌੜਮਸਤਪੁਰ ਗੱਦੀ ਕਾ ਹਮਾਰੇ ਆਦਰੀ ਸ੍ਰੀਮਾਨ ਕਾਲਾਰਾਮ ਬਗ ਜੀ ਜਿਨ੍ਹਾਂ ਕਾ ਮੈਂ ਬਹੁਤ ਧੰਨਵਾਦੀ ਹਾਂ ਔਰ ਜੈ ਜੈਕਾਰਾ ਸੂਰਜਪੁਰ ਗੱਦੀ ਕਾ ਬਾਬਾ ਜੀ ਰਾਉਣ ਕਿਰਾਮ ਜੀ ਔਰ ਮੇਰੇ ਵੀਰ ਇੱਕ ਨੌਰ ਸੇ ਪੰਮੀ ਪਰਮਜੀਤ ਸਿੰਘ ਜੀ ਔਰ ਕਮਲਜੀਤ ਸਿੰਘ ਜਿਨ੍ਹਾਂ ਨੇ ਇਸ ਕੈਸਟ ਕੇ ਵਿੱਚ ਮਾਂ ਬਹੁਤ ਸਾਰਾ ਸਾਥ ਦਿਆ ਔਰ ਗਾਇਕ ਜੋੜੀ ਸੰਜੂ ਸੰਦੀਪ ਪਿੰਡ ਤਾਜਲਪੁਰ ਵਾਲੇ ਔਰ ਬਾਈ ਢੋਲਕਰ ਪ੍ਰਸਾਦ ਦਿਆ ਮੇਰੇ ਵੀਰ ਅਵਤਾਰ ਸਿੰਘ ਜੀ ਨਾਰਾਇਣਗੜ੍ਹ ਚੁੰਗੀਆਂ ਵਾਲੇ ਬੋਲ ਸੱਚੇ ਦਰਬਾਰ ਕੀ ਲੈ ਮਿਹਰਬਾਨੋ ਸਮਾਂ ਕੀ ਬਾਤ ਜਦ ਪੀਰ ਮਹਾਰਾਜ ਰਾਣੀ ਸੋਨਾ ਸਿੰਘ ਨੂੰ ਵਿਆਹ ਕਰ ਲਿਆ ਸਾਤ ਦਿਨਾਂ ਕੇ ਵਿੱਚ ਪੀਰ ਮਹਾਰਾਜ ਰਾਣੀ ਸੋਨਾ ਸਿੰਘ ਨੂੰ ਵਿਆਹ ਕਰ ਲਿਆ ਹੈ ਦਿਨ ਅੱਠਵਾਂ ਨਹੀਂ ਬੀਤਿਆ ਉਹ ਜਦ ਛੋੜ ਕਾ ਦੇਸ ਪਰਦੇਸ ਪੀਰ ਮਹਾਰਾਜ ਚਲੇ ਗਏ ਵਾਹ ਕਿਉਂ ਚਲੇ ਗਏ ਡੂੰਘੀ ਡਾਬਰ ਕੇ ਵਿੱਚ ਪੀਰ ਮਹਾਰਾਜ ਨੇ ਚੌੜੇ ਸਜਾਦੇ ਮਾਸੀ ਕੇ ਲਾਲ ਮਾਰੇ ਇਹ ਮਾਈ ਵਸਲ ਮਹਿਲ ਮਨਾਰੇ ਕੇ ਉੱਪਰ ਚੜਕਾ ਓਏ ਡੂੰਗੀ ਡਾਬਰ ਕੇ ਵਿੱਚ ਮੈਂ ਨਜ਼ਰਾਂ ਮਾਰ ਰਹੀ ਹੈ ਪੀਰ ਮਹਾਰਾਜ ਜੰਗ ਫਤਿਹ ਕਰਕਾ ਮਹਿਲ ਨੂੰ ਵੀ ਆਏ ਮਾਈ ਵਸਲੇ ਆਵਾਜ਼ ਮਾਰੀ ਠਹਿਰ ਕੋੜੇ ਵਾਲੇ ਠਹਿਰ ਹੋਏ ਬੇਟੇ ਤਿੰਨ ਸਜਾਦੇ ਮੇਰੇ ਜੰਗ ਲੜਨੇ ਕੇ ਵਾਸਤਾ ਗਏ ਓਏ ਕੌਣ ਦਲ ਜੀਤੇ ਔਰ ਕੌਣ ਦਲ ਹਾਰੇ ਪੀਰ ਮਹਾਰਾਜ ਨੇ ਆਵਾਜ਼ ਮਾਰੀ ਕਿ ਮਾਤਾ ਹਮੀ ਦਲ ਜੀਤੇ ਹਮੀ ਦਲ ਹਾਰੇ ਇਹ ਮਾਈ ਮਾਰੀ ਉੱਟਲ ਗਏ ਇਨਸਾਨ ਪੀਰ ਮਹਾਰਾਜ ਨੇ ਇਸ ਟਾਈਮ ਜੌੜਿਆ ਕੇ ਸੀ ਸਪੇਸ ਵੀ ਕਰੇ ਹੈ ਮਹਿਲ ਕੇ ਵਿੱਚ ਮਾਂ ਓਏ ਜੌੜੇ ਸਜਾਦਿਆਂ ਕੇ ਸੀਸ ਦੇਖਾ ਮਾਈ ਵਾਸਲ ਚਾਰ ਵਰਜਾਰ ਕਰਕਾ ਰੂਰੀ ਕੋੜੇ ਵਾਲੇ ਤੈਨੇ ਜ਼ੁਲਮ ਕਰ ਦੀਏ ਓਏ ਤੈਨੇ ਬੜੇ ਸਰੇ ਪਾਪ ਕਰ ਦੀਏ ਇਹ ਮਾਈ ਵਾਸਲ ਨੇ ਪੀਰ ਮਹਾਰਾਜ ਨੂੰ ਖੂਨੀ ਪਾਪੀ ਅਪਰਾਧੀ ਬਤਾਇਆ ਘੋੜੇ ਵਾਲੇ ਜਹਾਂ ਚਲੇ ਗਏ ਜੌੜੇ ਸਜਾਦੇ ਅੱਜ ਤੇ ਬੇਟੇ ਚਲਿਆ ਜਾ ਮਹੀਂ ਤੋਂ ਮਾਈ ਵਾਸਲ ਲੱਗੀ ਕਹਿਣ ਬੇਟੇ ਮਹਿਲ ਕਾ ਰਹਿਣਾ ਤੈਨੂੰ ਹਰਾਮ ਅੰਨ ਖਾਣਾ ਪਾਣੀ ਪੀਣਾ ਹਰਾਮ ਉਹ ਜੇ ਤੋਂ ਕਦੀ ਮੁੜਕਾ ਇਸ ਨਾਗਰੀ ਮਾਂ ਆਵਾ ਜਾਓ ਤੇਰੇ ਬਾਬੇ ਗੋਰਖਨਾਥ ਕੀ ਤੈਨੂੰ ਆਵੇ ਇਹ ਪੀਰ ਮਹਾਰਾਜ ਜੌੜੇ ਸਜਾਦਿਆਂ ਕੇ ਸੀਸ ਲੇ ਕਾ ਡੂੰਘੀ ਡਾਬਰ ਕੇ ਵਿੱਚ ਮਾਏ ਓਏ ਸੀਸ ਤੜਾ ਨੂੰ ਮਲਾਏ ਹੈ ਸੂਰਜ ਦੇਵਤਾ ਨੇ ਜੌੜੇ ਸਜਾਦਿਆਂ ਦਾ ਸੰਸਕਾਰ ਕਰਿਆ ਹੈ ਇਹ ਪੀਰ ਮਹਾਰਾਜ ਜੌੜੇ ਸਜਾਦਿਆਂ ਕੇ ਫੁੱਲ ਗੰਗਾ ਕੇ ਵਿੱਚੋਂ ਪਾਕਾ ਲੀਲੇ ਕੋੜੇ ਕਾ ਸਵਾਰ ਹੋ ਕਾ ਪੀਰ ਮਹਾਰਾਜ ਇੱਕ ਧਰਤੀ ਮਾਤਾ ਕੇ ਪਾਸ ਕਿਸ ਤਰ੍ਹਾਂ ਆਵਾ ਕਿਆ ਮੇਰੇ ਕਹਿਣੇ ਕੀ ਬਾਤ ਕਿਆ ਸੰਗਤ ਕੇ ਸੁਣਨੇ ਕੀ ਬਾਤ ਭਾਈ ਪਰ ਆ ਬਜਾਤਾ ਨਗਾਰਾ
फिरा जी। आवाज मारी है एक लगत वस्ता माई मेहरबानो प्रगट होगी। आवाज मारी घोड़े वाले कौन कहां के रहने वाला कौन सा तेरा गांव है और घोड़े वाले क्या तेरा नाम है। आवाज मारी वस्ता माता गर्द दरेड़े शहर के मैं रहने वाला आर गुगा छत्री चौहान पीरा मेरा नाम। वास्ता माता मैं तेरे मसमाने के वास्ता आया जैतनी बात। पीर महाराज ने वास्ता माता नु कही वास्ता माता लगी कहन कोड़े वाले ओए मेरे मसमामा मुसलमान आर हिंदू तो कहीं मड़ी मसालिया के बिच मैं जड़ फूका मर जाऊं हर कोड़े वाले जे मेरे मां समाना हो जाओ खवा दे कि जे मेरे मां चले जो कल मेरे के सीख करके आना हर कोड़े वाले उसके बाद मेरे मां समाना। ये पीर महाराज धरती माता के पास ते रास्ता लेगा खवा दे कि जे मेरे मां चले गए इधर रानी सोना सील महल मनारे के ऊपर चढ़का अपने पति की रानू तकरी आजा कुड़े वाले आजा कुड़े वाले ओए मंदा चंगा तो तेरी माँ ने तनु बोलिया कुड़े वाले मने तो तेरे गल कदी कोई दुख भी ना खोलिया। मेहरबानो देवी सील कंगना ना खेली छटिया ना खेली ओए यार सिंगार तरे तरह संदूक में रह गए हाथा के ऊपर मेहंदी लगी लगाई रह गई रानी सोना सील का। इव छे महीने पीर महाराज नु महल ते गए नु हो गए रानी महल मनारे के ऊपर चढ़ का क्या करी है पीर महाराज नु याद कर रही है भी आजो पति देव आजा बागर देश के पीर धरती थे मालालिका धरती थे रोज अडिका धरती थे Thank you.
गया साई साडा पै गया बछोड़ा मेरी मैला बिच रोवा एक ही मार गया लोड़ा ओ लगी तली हाथे मेहंदी पीरा नाम तेरा लेंदी ओ लगी तली हाथे मेहंदी पीरा नाम तेरा लेंदी मेरे दुखा वाले कासट मटा दे वे मेरे डाटे मेरे